ਔਰ ਚਾਰ ਗਰੰਟੀਆਂ ਅਸੀਂ ਪੂਰੀਆਂ ਕਰ ਚੁੱਕੇ ਹਾਂ ਵਿਦ ਇਨ 2 ਈਅਰ, 2 ਸਾਲ ਦੇ ਛੋਟੇ ਜਿਹੇ ਵਕਫੇ ਦੌਰਾਨ, ਔਰ 3 ਸਾਲ ਦਾ ਸਮਾਂ ਬਾਕੀ ਆ। ਇੱਕ ਗਰੰਟੀ ਰਹਿ ਗਈ ਜਿਹੜਾ ਤੁਸੀਂ ਸਵਾਲ ਪੁੱਛਣਾ ਗਾ, ਉਹ ਅਗਲੇ ਸਾਲ। ਕਾਂਗਰਸ ਦੇ ਰਗ ਰਗ ਵਿੱਚ ਵਸਿਆ ਗਾ ਕਿ ਉਹ ਡਰਾਮੇ ਕਰਦੀ ਆ, ਸੋ ਉਸ ਤਰ੍ਹਾਂ ਦੇ ਡਰਾਮੇ ਅੱਜ ਉਹਨਾਂ ਨੇ ਕੀਤੇ। ਸੋ ਬਿਲਕੁਲ ਸਹੀ ਟਾਈਮ ਸਹੀ ਸਮਾਂ ਸਭ ਨੂੰ ਦਿੱਤਾ ਗਿਆ, ਬਲਕਿ ਅਲੋਟਡ ਸਮੇਂ ਨੂੰ ਵੱਧ ਸਮਾਂ ਦਿੱਤਾ ਗਿਆ। ਕਾਂਗਰਸ ਪਾਰਟੀ ਦੇ MLA ਦੇ ਘਰ ਦੇ ਮੁੰਡੇ ਕੁੜੀਆਂ ਜੋਬ ਲਈ ਅਪਲਾਈ ਹੋ ਨਹੀਂ ਕਰਦੇ, ਉਹਨਾਂ ਨੂੰ ਜੋਬ ਦੀ ਲੋੜ ਹੀ ਨਹੀਂ, ਉਹ ਕਾਹਦੇ ਲਈ ਅਪਲਾਈ ਕਰਦੇ? ਜਾਂ MP ਬਣਨ ਲਈ, MLA ਬਣਨ ਲਈ ਕਰਦੇ ਨੇਗੇ? ਉਹ ਵਿਚਾਰੇ ਕਿਉਂ ਟੀਚਰ ਲੱਗਣ? ਉਹਨਾਂ ਦੇ ਸਟੈਂਡਰਡ ਦੀਆਂ ਨੌਕਰੀਆਂ ਨਹੀਂ ਹੈਗੀਆਂ, ਇਸ ਕਰਕੇ ਉਹਨਾਂ ਨੂੰ ਪਤਾ ਨਹੀਂ ਕਿੰਨੀਆਂ ਲੱਗ ਗਈਆਂ ਪੰਜਾਬ 'ਚ। ਕਾਂਗਰਸ ਪਾਰਟੀ ਕੋਲ ਇੱਕ ਵੀ ਸ਼ਬਦ ਨਹੀਂ ਸੀ ਵਿਰੋਧ ਕਰਨ ਦਾ, ਸੋ ਕੋਈ ਨਾ ਕੋਈ ਡਰਾਮਾ ਕਰਕੇ ਅੱਜ ਉਹਨਾਂ ਨੇ ਚਲੇ ਗਏ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ। ਅੱਜ ਵਿਧਾਨ ਸਭਾ ਦੇ ਵਿੱਚ ਚਰਚਾ ਸੀਗੀ, ਬਜਟ 'ਤੇ ਚਰਚਾ ਹੋਣੀ ਸੀਗੀ। ਕੱਲ੍ਹ 5 ਮਾਰਚ ਨੂੰ ਬਜਟ ਪੇਸ਼ ਕੀਤਾ ਸੀਗਾ ਫਾਈਨੈਂਸ ਮਿਨਿਸਟਰ ਹਰਪਾਲ ਸਿੰਘ ਚੀਮਾ ਨੇ, ਜਿਹੜੇ ਕਿ ਖਜ਼ਾਨਾ ਮੰਤਰੀ ਨੇ ਪੰਜਾਬ ਦੇ, ਉਹਨਾਂ ਨੇ। ਅੱਜ ਬਹਿਸ ਹੋਣੀ ਸੀਗੀ, ਕਿਉਂਕਿ ਇੱਕ ਰੂਲ ਹੁੰਦਾ, ਇੱਕ ਤੌਰ ਤਰੀਕਾ ਹੁੰਦਾ ਕਿ ਜਦੋਂ ਵੀ ਖਜ਼ਾਨਾ ਪੇਸ਼ ਕੀਤਾ ਜਾਂਦਾ ਜਾਂ ਬਜਟ ਪੇਸ਼ ਕੀਤਾ ਜਾਂਦਾ, ਉਹਦੇ ਬਾਅਦ ਅਗਲੇ ਦਿਨ ਜਿਹੜੀ ਉਹ ਚਰਚਾ ਹੁੰਦੀ ਹੈ। ਔਰ ਅੱਜ ਵੱਖ ਵੱਖ ਜਿਹੜੇ ਮੈਂਬਰ ਸੀਗੇ ਮੌਜੂਦ, ਉਹਨਾਂ ਨੇ ਚਰਚਾ ਵਿਚਾਰ ਕੀਤੀ, ਪਰ ਉਹਦੇ ਵਿੱਚ ਹੀ ਥੋੜ੍ਹੀਆਂ ਤਲੱਖੀਆਂ ਵੀ ਹੋਈਆਂ। ਜਦੋਂ ਤਲੱਖੀਆਂ ਦੇ ਵਿੱਚ ਰਾਜਾ ਵੜਿੰਗ ਜਦੋਂ ਬੋਲਣ ਲੱਗੇ ਤਾਂ ਸਪੀਕਰ ਜਿਹੜਾ ਉਹਨਾਂ ਦਾ ਬੰਦ ਕੀਤਾ ਗਿਆ। ਉਹਦੇ ਬਾਅਦ ਕਾਂਗਰਸ ਦੇ ਜਿਹੜੇ ਮੈਂਬਰ ਸੀਗੇ ਉਹਨਾਂ ਨੂੰ ਨੇਮ ਵੀ ਕੀਤਾ ਗਿਆ। ਜਦੋਂ ਨੇਮ ਕੀਤਾ ਗਿਆ ਤਾਂ ਉਹਨਾਂ ਨੂੰ ਬਾਹਰ ਜਾਣ ਲਈ ਕਿਹਾ ਗਿਆ, ਔਰ ਫਿਰ ਜਿਹੜੇ ਉੱਥੇ ਮਾਰਸ਼ਲ ਸੀਗੇ ਉਹਨਾਂ ਦੇ ਵੱਲੋਂ ਉਹਨਾਂ ਨੂੰ ਬਾਹਰ ਲੈ ਕੇ ਆਇਆ ਗਿਆ। ਖਾਸ ਕਰਕੇ ਜੇ ਰਾਜਾ ਵੜਿੰਗ ਦੀ ਗੱਲ ਕਰੀਏ, ਜਿਹੜੇ ਕਿ ਕਾਂਗਰਸ ਦੇ ਪ੍ਰਧਾਨ ਨੇ, ਉਹਨਾਂ ਨੂੰ ਮਾਰਸ਼ਲਸ ਨੇ ਚੁੱਕ ਕੇ ਬਾਹਰ ਲੈ ਕੇ ਆਏ। ਇਹ ਤਾਂ ਵਿੱਚ ਇੱਕ ਇਹੋ ਜਿਹੀ ਜਿਹੜਾ ਹੰਗਾਮਾ ਸੀਗਾ ਹੋਇਆ, ਪਰ ਉਸਦੇ ਬਾਵਜੂਦ ਸਾਰੇ ਜਿਹੜੇ ਮੈਂਬਰ ਸੀਗੇ, ਚਾਹੇ ਉਹ ਸੱਤਾ ਪੱਖ ਦੇ ਸੀਗੇ ਜਾਂ ਦੂਸਰੇ ਪੱਖ ਦੇ ਸੀ, ਉਹਨਾਂ ਨੇ ਆਪਣੇ ਆਪਣੇ ਵਿਚਾਰ ਰੱਖੇ, ਆਪਣੇ ਆਪਣੇ ਤਰੀਕੇ ਦੇ ਨਾਲ ਖਜ਼ਾਨੇ ਨੂੰ ਪੜ੍ਹਿਆ ਸਮਝਿਆ ਕਿ ਆਉਣ ਵਾਲੇ ਵਿੱਤੀ ਸਾਲ ਵਾਸਤੇ ਜਿਹੜਾ ਬਜਟ ਹੈਗਾ, ਵੱਖ ਵੱਖ ਤਰੀਕੇ ਦੀਆਂ ਜਿਹੜੀਆਂ ਵਿਭਾਗ ਨੇ, ਵੱਖ ਵੱਖ ਜਿਹੜੇ ਪ੍ਰੋਜੈਕਟਸ ਨੇ, ਉਹ ਕੀ ਆ ਰਹੇ ਨੇ। ਉਹਦੇ ਵਿੱਚ ਖਾਸ ਕਰਕੇ ਜੇ ਗੱਲ ਕਰੀਏ ਤਾਂ ਹਰ ਇੱਕ ਕਿਸੇ ਨੇ ਸੱਤਾ ਪੱਖ ਦੇ ਜਿਹੜੇ ਮੈਂਬਰ ਸੀਗੇ ਉਹਨਾਂ ਨੇ ਆਪਣੇ ਆਪਣੇ ਤਰੀਕੇ ਦੇ ਨਾਲ ਡਿਫਰੈਂਟ ਤਰੀਕੇ ਦੇ ਨਾਲ ਸਰਾਇਆ ਵੀ, ਪਰ ਜਿਹੜੇ ਕਿਉਂਕਿ ਬਹੁਤ ਘੱਟ ਮੈਂਬਰ ਨੇ ਜਿਹੜੇ ਕਿ ਵਿਰੋਧ 'ਚ ਹੈਗੇ ਨੇ, ਖਾਸ ਕਰਕੇ ਕਾਂਗਰਸ ਤਾਂ ਬਾਹਰ ਹੀ ਜਾ ਚੁੱਕੀ ਸੀਗੀ, ਪਰ ਬਾਕੀ ਜਿਹੜੇ ਮੈਂਬਰ ਸੀਗੇ ਉਹਨਾਂ ਨੇ ਦਾ ਜਿਹੜਾ ਸੀਗਾ ਔਰ ਰਲਿਆ ਮਿਲਿਆ ਜਿਹਾ ਰਿਸਪੋਂਸ ਸੀਗਾ ਬਜਟ ਨੂੰ ਲੈ ਕੇ। ਔਰ ਚਾਰ ਗਰੰਟੀਆਂ ਅਸੀਂ ਪੂਰੀਆਂ ਕਰ ਚੁੱਕੇ ਹਾਂ ਵਿਦ ਇਨ 2 ਈਅਰ, 2 ਸਾਲ ਦੇ ਛੋਟੇ ਜਿਹੇ ਵਕਫੇ ਦੌਰਾਨ, ਔਰ 3 ਸਾਲ ਦਾ ਸਮਾਂ ਬਾਕੀ ਆ। ਇੱਕ ਗਰੰਟੀ ਰਹਿ ਗਈ ਜਿਹੜਾ ਤੁਸੀਂ ਸਵਾਲ ਪੁੱਛਣਾ ਗਾ, ਉਹ ਅਗਲੇ ਸਾਲ। ਚੀਮਾ ਸਾਹਿਬ, ਉਹ ਕਹਿੰਦੇ ਆਪੋਜੀਸ਼ਨ ਦੇ ਵਿਧਾਇਕ ਜਿਹੜੇ ਕਾਂਗਰਸ ਦੇ ਵਿਧਾਇਕ ਬਾਹਰ ਕੱਢੇ, ਕਹਿੰਦੇ ਸਾਨੂੰ ਦੁਬਾਰਾ ਅੰਦਰ ਨਹੀਂ ਆਉਣ ਦਿੱਤਾ, ਸਮਾਂ ਨਹੀਂ ਦਿੱਤਾ ਜਾ ਰਿਹਾ, ਬੋਲਣ ਨਹੀਂ ਦਿੱਤਾ ਜਾ ਰਿਹਾ। ਦੇਖੋ, ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਰੂਲ ਐਂਡ ਰੈਗੂਲੇਸ਼ਨ ਬਣੇ ਹੋਏ ਨੇ, ਰੂਲ ਬੁੱਕ ਬਣੀ ਹੋਈ ਆ। ਤੁਹਾਡੇ 'ਚੋਂ ਬਹੁਤ ਸਾਰੇ ਲੰਬੇ ਅਰਸੇ ਤੋਂ ਕਵਰ ਕਰ ਰਹੇ ਨੇ ਵਿਧਾਨ ਸਭਾ, ਔਰ ਉਹ ਸਭ ਬੁੱਕ ਦੇ ਮੁਤਾਬਕ ਟਾਈਮ ਜਿਹੜਾ ਉਹ ਅਲੋਟ ਕੀਤਾ ਜਾਂਦਾ ਗਾ। ਕਾਂਗਰਸ ਪਾਰਟੀ ਨੂੰ 1/2 ਘੰਟੇ ਦਾ ਟਾਈਮ ਅਲੋਟ ਕੀਤਾ ਗਿਆ ਸੀਗਾ, ਪਰ ਲੇਕਿਨ ਉਸ ਸਮੇਂ ਲੀਡਰ ਆਫ ਦੀ ਆਪੋਜੀਸ਼ਨ ਨੇ ਬੋਲਦੇ ਹੋਏ ਪੂਰਾ ਦਾ ਪੂਰਾ ਟਾਈਮ ਆਪਣੇ ਸਾਰੇ ਵਿਧਾਇਕਾਂ ਦਾ 1/2 ਘੰਟਾ ਖੁਦ ਲਿਆ, ਔਰ ਸਦਨ ਦੇ ਅੰਦਰ ਮਾਨਯੋਗ ਸਪੀਕਰ ਸਾਹਿਬ ਨੂੰ ਕਿਹਾ ਕਿ ਸਾਰੇ ਵਿਧਾਇਕਾਂ ਦੀ ਤਰਫੋਂ, ਜਿਹੜੀ ਆਪੋਜੀਸ਼ਨ ਦੇ ਵਿਧਾਇਕ ਨੇ ਖਾਸ ਕਰਕੇ ਕਾਂਗਰਸ ਪਾਰਟੀ ਦੇ, ਉਹਨਾਂ ਦੀ ਤਰਫੋਂ ਮੈਂ ਬੋਲੂੰਗਾ, ਸੋ ਇਸ ਕਰਕੇ ਉਹ ਸਾਰਾ ਟਾਈਮ ਮੈਨੂੰ ਦਿੱਤਾ ਜਾਵੇ। ਸੋ ਸਪੀਕਰ ਸਾਹਿਬ ਨੇ ਟਾਈਮ ਅਲੋਟ ਕਰਤਾ, ਔਰ ਉਸ ਤੋਂ ਬਾਅਦ ਵੀ ਇਹ 30 ਮਿੰਟ ਪੂਰੇ ਹੋਣ ਤੋਂ ਬਾਅਦ ਵੀ ਮਾਨਯੋਗ ਸਪੀਕਰ ਸਾਹਿਬ ਨੂੰ ਮੈਂ ਧੰਨਵਾਦ ਕਰਨਾ ਗਾ
ਕਿ ਉਹਨਾਂ ਨੇ ਫਿਰ ਉਹਨਾਂ ਦੇ ਇੱਕ ਮੈਂਬਰ ਪ੍ਰਧਾਨ ਜੀ ਨੂੰ 5 ਮਿੰਟ ਉਹਨਾਂ ਨੂੰ ਦਿੱਤੇ, 5 ਮਿੰਟ ਜੀ ਸੰਦੀਪ ਜਾਖੜ ਨੂੰ ਦਿੱਤੇ, ਯਾਨੀ 30 ਮਿੰਟ ਦੀ ਬਜਾਏ 40 ਮਿੰਟ ਦਿੱਤੇ। ਪਰ ਲੇਕਿਨ ਜਿਸ ਤਰ੍ਹਾਂ ਕਹਿੰਦੇ ਨੇ ਕਿ ਕਾਂਗਰਸ ਦੇ ਰਗ ਰਗ ਵਿੱਚ ਵਸਿਆ ਗਿਆ ਕਿ ਉਹ ਡਰਾਮੇ ਕਰਦੀ ਆ, ਸੋ ਉਸ ਤਰ੍ਹਾਂ ਦੇ ਡਰਾਮੇ ਅੱਜ ਉਹਨਾਂ ਨੇ ਕੀਤੇ। ਸੋ ਬਿਲਕੁਲ ਸਹੀ ਟਾਈਮ ਸਹੀ ਸਮਾਂ ਸਭ ਨੂੰ ਦਿੱਤਾ ਗਿਆ, ਬਲਕਿ ਅਲੋਟਡ ਸਮੇਂ ਨੂੰ ਵੱਧ ਸਮਾਂ ਦਿੱਤਾ ਗਿਆ। ਔਰ ਜਿਹੜੇ ਦੂਜੇ ਮੈਂਬਰ ਹਾਜ਼ਰ ਸੀਗੇ ਉਹਨਾਂ ਨੂੰ ਜੇ ਤਿੰਨ ਮਿੰਟ ਜਾਂ 4 ਮਿੰਟ ਬਣਦੇ, ਸੱਤ ਅੱਠ ਅੱਠ ਮਿੰਟ ਜਿਹੜੇ ਨੇਗੇ ਉਹ ਮਾਨਯੋਗ ਸਪੀਕਰ ਸਾਹਿਬ ਨੇ ਦਿੱਤੇ ਔਰ ਉਹਨਾਂ ਨੇ ਆਪਣੀ ਗੱਲ ਵੀ ਰੱਖੀ। ਸੋ ਮੈਂ ਸਮਝਦਾ ਕਾਂਗਰਸ ਪਾਰਟੀ ਕੋਲ ਕਹਿਣ ਲਈ ਕੁਛ ਨਹੀਂ ਸੀਗਾ, ਕਾਂਗਰਸ ਪਾਰਟੀ ਇਸ ਬਜਟ ਦਾ ਵਿਰੋਧ ਨਹੀਂ ਕਰ ਸਕਦੀ ਸੀਗੀ, ਉਹਨਾਂ ਕੋਲ ਕੁਛ ਵੀ ਕੰਕਰੀਟ ਕਹਿਣ ਲਈ ਨਹੀਂ ਸੀਗਾ। ਇਸ ਗੱਲ ਕਰਕੇ ਉਹਨਾਂ ਨੇ ਡਰਾਮੇਬਾਜ਼ੀ ਕਰਕੇ ਜਿਹੜੇ ਬਾਹਰ ਹੋਏ। ਬਿਲਕੁਲ, ਜਿਹੜੀ ਵੀ ਗਰੰਟੀਆਂ ਸਾਡੀਆਂ ਪੈਂਡਿੰਗ ਨੇਗੀਆਂ ਉਹ ਵੀ ਬੜੀ ਜਲਦੀ ਆਉਣ ਵਾਲੇ ਸਾਲਾਂ 'ਚ ਪੂਰੀਆਂ ਕਰ। ਜਿਹੜੀ 40,000 ਨੌਕਰੀਆਂ ਦੀ ਡਿਟੇਲ ਦੀ ਗੱਲ ਆ ਉਹ ਅੱਜ ਮਾਨਯੋਗ ਸੀਐਮ ਸਾਹਿਬ ਨੇ ਵੀ ਵਿਧਾਨ ਸਭਾ 'ਚ ਰੱਖੀ ਆ ਔਰ ਮੈਂ ਵੀ ਰੱਖੀ ਆ। ਔਰ ਮਾਨਯੋਗ ਸੀਐਮ ਸਾਹਿਬ ਨੇ ਕਿਹਾ ਗਾ ਕਿ ਕੱਲ੍ਹ ਨੂੰ ਵੀ ਲਗਭਗ 2,000 ਦੇ ਕਰੀਬ ਨੌਕਰੀਆਂ ਜਿਹੜੀਆਂ ਨੇਗੀਆਂ ਉਹ ਲੱਡਾ ਕੋਠੀ ਜ਼ਿਲ੍ਹਾ ਸੰਗਰੂਰ 'ਚ ਵੰਡੀਆਂ ਜਾ ਰਹੀਆਂ ਨੇਗੀਆਂ। ਜੇਕਰ ਕਾਂਗਰਸ ਪਾਰਟੀ ਦਾ ਕੋਈ ਮੈਂਬਰ ਜਾਣਾ ਚਾਹੁੰਦਾ ਗਾ ਤਾਂ ਮੈਂ ਸਟਾਫ ਨੂੰ ਬੇਨਤੀ ਕਰ ਦੂੰਗਾ ਉੱਥੇ ਜਾ ਕੇ ਦੇਖ ਲੈਣ ਵੀ ਕਿਹੜੇ ਕਿਹੜੇ ਮੈਂਬਰ ਜਿਹੜੇ ਉਹ ਚੁਣੇ ਜਾਂਦੇ ਨੇ, ਕਿਉਂਕਿ ਇਹਨਾਂ ਦੇ ਘਰਾਂ ਨੇ ਮੁੰਡੇ ਕੁੜੀਆਂ, ਕਾਂਗਰਸ ਪਾਰਟੀ ਦੇ MLA ਦੇ ਘਰਾਂ ਦੇ ਮੁੰਡੇ ਕੁੜੀਆਂ ਜੋਬ ਲਈ ਅਪਲਾਈ ਹੋ ਨਹੀਂ ਕਰਦੇ, ਉਹਨਾਂ ਨੂੰ ਜੋਬ ਦੀ ਲੋੜ ਹੈ ਨਹੀਂ, ਉਹ ਕਦ ਲਈ ਅਪਲਾਈ ਕਰਦੇ ਜਾਂ MP ਬਣਨ ਲਈ MLA ਬਣਨ ਲਈ ਕਰਦੇ ਨੇਗੇ, ਉਹ ਵਿਚਾਰੇ ਕਿਉਂ ਟੀਚਰ ਲੱਗਣ, ਉਹਨਾਂ ਦੇ ਸਟੈਂਡਰਡ ਦੀਆਂ ਨੌਕਰੀਆਂ ਨਹੀਂ ਹੈਗੀਆਂ। ਇਸ ਕਰਕੇ ਉਹਨਾਂ ਨੂੰ ਪਤਾ ਨਹੀਂ ਕਿੰਨੀਆਂ ਲੱਗ ਗਈਆਂ ਪੰਜਾਬ 'ਚ, ਉਹਨਾਂ ਨੂੰ ਇਹ ਵੀ ਨਹੀਂ ਪਤਾ ਲੱਗਦਾ ਕਿ 300 ਯੂਨਿਟ ਕਿਹਦਾ ਪੰਜਾਬ 'ਚ ਮਾਫ ਹੋ ਗਿਆ, ਕਿਉਂਕਿ ਉਹਨਾਂ ਦੇ ਘਰਾਂ 'ਚ ਤਾਂ ਭਾਈ 2,000 3,000 ਯੂਨਿਟ ਮਹੀਨੇ ਦੇ ਫੁੱਕਦੇ ਨੇਗੇ, ਉਹਨਾਂ ਦੇ ਘਰਾਂ 'ਚ ਤਾਂ 50-50 ਕਿਲੋ ਵਾਟ ਦੇ ਲੋਡ ਚੱਲਦੇ ਨੇਗੇ। ਪਰਮਾਤਮਾ ਨਾ ਕਰੇ, ਮੈਂ ਕਹਿੰਦਾ, ਮੇਰੀ ਤਾਂ ਇਹੀ ਅਰਦਾਸ ਆ ਕਿ ਉਹਨਾਂ ਦੇ ਘਰ ਦਾ ਕੋਈ ਮੈਂਬਰ ਬਿਮਾਰ ਹੋਵੇ, ਜੇਕਰ ਖੁਦਾ ਨਾ ਖਾਸਾ ਹੋ ਗਿਆ ਤਾਂ ਉਹ ਬੜੇ ਬੜੇ ਹੋਸਪਿਟਲਾਂ 'ਚ ਜਾ ਕੇ ਠੀਕ ਕਰਾਉਂਦੇ ਨੇਗੇ, ਉਹਨਾਂ ਨੂੰ ਮਹੱਲਾ ਕਲੀਨਿਕ ਤਾਂ ਨਹੀਂ ਦਿੰਦੇ ਹੈਗੇ। ਇਸੇ ਗੱਲ ਕਰਕੇ ਸਾਡੀਆਂ ਗਰੰਟੀਆਂ ਉਹਨਾਂ ਨੂੰ ਪੂਰੀਆਂ ਨਹੀਂ ਲੱਗਦੀਆਂ ਨੇਗੀਆਂ। ਉਹ ਵਿਚਾਰੇ ਕਦੋਂ ਗਏ ਨੇਗੇ ਕਿਸੇ ਸ਼ਹੀਦ ਦੇ ਘਰ ਉਹਦੇ ਲਈ ਕੰਡੋਲੈਂਸ ਕਰਨ ਜਾਂ ਸਨਮਾਨ ਦੇਣ? ਇਹ ਸਾਡੀ ਸਰਕਾਰ ਆ, ਇਹ ਤਾਂ ਸਿਲਾਈ ਮਸ਼ੀਨਾਂ ਦਿੰਦੇ ਹੁੰਦੇ ਸੀਗੇ, ਇਹ ਤਾਂ ਸ਼ਹੀਦਾਂ ਦੀਆਂ ਪਰਿਵਾਰਾਂ ਦੀਆਂ ਵਿਧਵਾਵਾਂ ਨੂੰ ਜਾਂ ਪਰਿਵਾਰਕ ਮੈਂ ਸਿਲਾਈ ਮਸ਼ੀਨਾਂ ਦਿੰਦੇ ਹੁੰਦੇ ਸੀਗੇ, ਔਰ ਸਾਡੀ ਸਰਕਾਰ ਆ ਜਿਹਨੇ 1 ਕਰੋੜ ਰੁਪਇਆ ਅਸੀਂ ਸਨਮਾਨ ਰਾਸ਼ੀ ਦੇ ਰਹੇ ਹਾਂਗੇ। ਸੋ ਇਸ ਗੱਲ ਕਰਕੇ ਇਹਨਾਂ ਨੂੰ ਗਰੰਟੀਆਂ ਦੀਆਂ ਕਿੰਨੀਆਂ ਪੂਰੀਆਂ ਹੋ ਗਈਆਂ। ਸੋ ਬਿਲਕੁਲ ਇਕੱਲੀ ਗਰੰਟੀ ਪੂਰੀ ਕਰ ਰਹੇ ਹਾਂ। ਇਹੀ ਕਾਰਨ ਆ ਕਿ ਕਾਂਗਰਸ ਪਾਰਟੀ ਕੋਲ ਇੱਕ ਵੀ ਸ਼ਬਦ ਨਹੀਂ ਸੀ ਵਿਰੋਧ ਕਰਨ ਦਾ, ਸੋ ਕੋਈ ਨਾ ਕੋਈ ਡਰਾਮਾ ਕਰਕੇ ਅੱਜ ਉਹਨਾਂ ਨੇ ਚਲੇ ਗਏ। ਅਕਾਲੀ ਦਲ 'ਚ ਵਾਪਸੀ ਹੋਈ ਹੈ, ਕਹਿੰਦੇ ਹੁਣ ਗੱਠਜੋੜ ਵੀ ਛੇਤੀ ਹੋ ਜੂਗਾ। ਜਿੰਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੋਵੇ, ਜਿਨ੍ਹਾਂ ਦੀ ਸਰਕਾਰ ਦੇ ਸਮੇਂ 2 ਨੌਜਵਾਨ ਗੋਲੀਆਂ ਮਾਰ ਕੇ ਮਾਰ ਦਿੱਤੇ ਗਏ ਹੋਣ, ਸ਼ਹੀਦ ਕਰ ਦਿੱਤੇ ਗਏ ਹੋਣ, ਉਹ ਜਿਹੜੇ ਮਰਜ਼ੀ ਗੱਠਜੋੜ ਕਰ ਲੈਣ, ਪੰਜਾਬ ਦੇ ਲੋਕਾਂ ਨੂੰ ਪਤਾ ਗਿਆ ਕਿ ਪੰਜਾਬ ਦੇ ਦੁੱਖੀ ਨੇਗੇ, ਪੰਜਾਬ ਨੂੰ ਬਰਬਾਦ ਕਰਨ ਵਾਲੇ ਨੇਗੇ। ਇਹਨਾਂ ਦੇ ਸਮੇਂ ਅਕਾਲੀ ਦਲ BJP ਦੀ ਸਰਕਾਰ ਦੇ ਸਮੇਂ ਪੰਜਾਬ 'ਚ ਡਰੱਗ ਆਇਆ, ਪੰਜਾਬ 'ਚ ਨਸ਼ੇ ਆਏ। ਸੋ ਇਹ ਸਾਰੇ ਕੰਡੇ ਕਿਹਨੇ ਬੀਜੇ ਨੇ? ਅਕਾਲੀ ਦਲ BJP ਨੇ ਬੀਜੇ ਨੇ, ਕਾਂਗਰਸ ਪਾਰਟੀ ਦੇ ਬੀਜੇ ਨੇ, ਅਸੀਂ ਕੀ ਕਰਕੇ ਠੀਕ ਕਰ ਰਹੇ ਹਾਂ? ਠੀਕ ਆ ਜੀ, ਤੁਸੀਂ ਖੁਸ਼ਹਾਲੀ ਦੀ ਪੰਡ ਦਿਖਾਈ, ਉਹਨਾਂ ਨੇ ਕਰਜ਼ੇ ਦੀ ਪੰਡ ਚੱਕੀ ਹੋਈ ਸੀ ਜੀ। ਇਹ ਕਰਜ਼ੇ ਦੀ ਪੰਡ ਚੜਾਉਣ ਵਾਲੇ ਕੌਣ ਨੇ? ਇਹ ਵੀ ਅਕਾਲੀ ਦਲ BJP ਕਾਂਗਰਸ ਪਾਰਟੀ ਦੇ ਨੇਗੇ। ਪੰਜਾਬ ਜਾਣ ਦਾ 3 ਲੱਖ ਕਰੋੜ ਦਾ ਕਰਜ਼ਾ, 3 ਲੱਖ ਕਰੋੜ ਦਾ ਕਰਜ਼ਾ ਜਿਹੜਾ ਕਿਹਨੇ ਚੜਾਇਆ? ਕਾਂਗਰਸ ਪਾਰਟੀ ਨੇ, ਅਕਾਲੀ ਦਲ BJP ਨੇ। ਜੇ ਪਿਛਲੇ 30 ਸਾਲਾਂ ਦੀ ਗੱਲ ਕਰੀਏ, 15-15 ਸਾਲ ਦੋਨਾਂ ਪਾਰਟੀਆਂ ਦਾ ਰਾਜ ਰਿਹਾ ਔਰ ਪੰਜਾਬ 'ਤੇ 3 ਲੱਖ ਕਰੋੜ ਦਾ ਕਰਜ਼ਾ ਹੋ ਗਿਆ। ਪਿਛਲੇ ਸਾਲ, ਪਿਛਲੀ ਜਿਹੜੀ 5 ਸਾਲ ਦੀ ਗੱਲ ਆ, ਜੇ ਉਹਦੇ GST ਕੰਪਨਸੇਸ਼ਨ ਦੀ ਗੱਲ ਕਰੀਏ ਤਾਂ ਲਗਭਗ 60,000 ਕਰੋੜ ਦਾ ਕੰਪਨਸੇਸ਼ਨ ਆਇਆ 5 ਸਾਲਾਂ 'ਚ। 60,000 ਕਰੋੜ ਦਾ ਕੰਪਨਸੇਸ਼ਨ ਆਇਆ, 1 ਲੱਖ ਕਰੋੜ ਕਰਜ਼ਾ ਲੈ ਲਿਆ, ਨਾ ਨੌਕਰੀ ਦਿੱਤੀ, ਨਾ ਲੋਕਾਂ ਦੇ ਬਿਜਲੀ ਦੇ ਬਿੱਲ ਮਾਫ਼ ਕੀਤੇ, ਨਾ ਕੋਈ ਬੇਸਿਕ ਇਨਫਰਾਸਟ੍ਰਕਚਰ ਬਣਾਇਆ ਪੰਜਾਬ 'ਚ, ਕੀਤਾ ਕੀ ਆ? ਸੋ ਸਾਡੀ ਸਰਕਾਰ ਆਉਣ ਤੋਂ ਬਾਅਦ
ਐਕਸਾਈਜ਼ ਦੀ ਪਾਲਿਸੀ ਆਈ 6000 ਤੋਂ ਵਧਾ ਕੇ 10000 ਤੇ ਲੈ ਗਏ। ਚੀਮਾ ਸਾਹਿਬ ਇਹ ਕਹਿ ਰਹੇ ਬਾਜਵਾ ਕਿ 67000 ਕਰੋੜ 2 ਸਾਲ ਮੇ ਖਰਚ ਕਰ ਦਿਆ ਆਮ ਆਦਮੀ ਪਾਰਟੀ ਸਰਕਾਰ ਨੇ। ਮੈਂ ਵਹੀ ਬੋਲ ਰਹਾ ਹੂੰ ਕਿ ਇਨਕੇ ਸਮੇ 60000 ਕਰੋੜ ਰੁਪਿਆ ਕੰਪਨਸੇਸ਼ਨ GST ਕੰਪਨਸੇਸ਼ਨ ਆਇਆ ਥਾ ਔਰ 1,00,000 ਕਰੋੜ ਸੇ ਉੱਪਰ ਕਾ ਕਰਜ਼ਾ ਲਿਆ ਥਾ 1,60,000 ਕਰੋੜ ਰੁਪਿਆ ਹੋ ਗਿਆ ਤੋ ਯੇ ਬਤਾਏ ਕਹਾਂ ਲਗਾਇਆ ਉਹਨੇ ਹਮ ਹਮਾਰੇ ਤੋ ਬਿਲਕੁਲ ਉਸਕੇ ਜੋ ਕਰਜ਼ਾ ਬਤਾ ਰਹੇ ਕਿ ਲਿਆ ਹਮਨੇ ਉਹ ਉਤਨਾ ਕਾ ਉਤਨਾ ਕਰਜ਼ਾ 60000 ਲਿਆ 60 ਕਾ 60 ਹੀ ਹਮਨੇ ਲੋਨ ਕਾ ਰੀਪੇਮੈਂਟ ਔਰ ਲੋਨ ਕੇ ਇੰਟਰਸਟ ਕੀ ਰੀਪੇਮੈਂਟ ਕਰ ਦੀ ਔਰ ਉਸਕੀ ਜੋ ਹੈ ਪ੍ਰਿੰਸੀਪਲ ਅਮਾਊਂਟ ਰੀਪੇ ਕਰ ਦੀ। ਰਾਜਾ ਬਣੀ ਕਿ ਕਹਿੰਦੇ ਇਸ ਤਰੀਕੇ ਦਾ ਕਰਜ਼ਾ ਕਦੀ ਲਾਥੀ ਨਹੀਂ ਸਕਦਾ ਪੰਜਾਬ ਦੇ ਸਿਰ ਤੋਂ ਇਹ ਗੱਲ ਕੱਲ ਉਹਨਾਂ ਵੱਲੋਂ ਕਹੀ ਗਈ ਹੈ। ਮੈਂ ਕਾਫੀ ਉਹਨਾਂ ਨੂੰ ਸਿਆਣੇ ਸਮਝਦਾਗਾ ਕਿ ਉਹ ਪੰਜਾਬ ਦੀ ਜਿਹੜੀ ਪਿਛਲੀ ਕਾਫੀ ਲੰਬੇ ਸਮੇਂ ਤੋਂ ਵਿਧਾਨ ਸਭਾ ਦੇ ਮੈਂਬਰ ਨੇਗੇ ਔਰ ਪਿਛਲੀ ਵਾਰ ਕੈਬਨਿਟ ਮੰਤਰੀ ਸੀ ਜਾਂ ਤਾਂ ਉਹਨਾਂ ਨੂੰ ਪਤਾ ਨਹੀਂ ਲੱਗਦਾ ਸੀਗਾ ਕਿ ਕਰਜ਼ਾ ਕਿੱਥੋਂ ਲਿਆ ਜਾਂਦਾ ਜਾਂ ਉਹ ਕੈਬਨਿਟ ਦੇ ਅੰਦਰ ਮੈਨੂੰ ਲੱਗਦਾ ਕਿ ਹੋਸ਼ੋ ਆਵਾਜ਼ 'ਚ ਨਹੀਂ ਬੈਠਦੇ ਸੀਗੇ ਕਿ ਉਹਨਾਂ ਨੂੰ ਪਤਾ ਨਹੀਂ ਲੱਗਦਾ ਸੀ ਕਦੋਂ ਕਰਜ਼ਾ ਵਾਲਾ ਪਾਸ ਹੋ ਗਿਆ ਸੋ ਕਦੋਂ ਬਜਟ ਪਾਸ ਹੋ ਗਿਆ ਸੋ ਉਹਨਾਂ ਨੂੰ ਆਪਣੇ ਸਾਰੇ ਪੁਰਾਣੇ ਬਜਟ ਖੋਲ੍ਹ ਕੇ ਦੇਖ ਲੈਣੇ ਚਾਹੀਦੇ ਨੇ ਕਿ ਉਹਨਾਂ ਨੇ ਪੰਜਾਬ ਨੂੰ ਕਿਸ ਦੇ ਨਾਲ ਹੀ ਜਦੋਂ ਖਾਸ ਕਰਕੇ CM ਆਏ ਸੈਸ਼ਨ ਦੇ ਵਿੱਚ ਤਾਂ ਉਹਨਾਂ ਨੇ ਲੰਬੇ ਚੌੜੇ ਤਰੀਕੇ ਦੇ ਨਾਲ ਵਿਸਤਾਰ ਰੂਪ ਦੇ ਨਾਲ ਬਜਟ ਦੀ ਗੱਲ ਕੀਤੀ ਔਰ ਖਾਸ ਕਰਕੇ ਉਹਨਾਂ ਨੇ ਕਿਹਾ ਕਿ ਵਿਰੋਧੀ ਧਿਰ ਨੂੰ ਅੱਜ ਚਾਹੀਦਾ ਸੀ ਕਿ ਉਹ ਬੈਠਦੇ ਔਰ ਉਹ ਸੁਣਦੇ ਕਿ ਬਜਟ ਦਾ ਕਿਉਂਕਿ ਕੰਕਲੂਜਨ ਹੋਣਾ ਸੀ ਅੱਜ ਬਹਿਸ ਹੋਣੀ ਸੀਗੀ ਜਿਹਦੇ 'ਚ ਕੁਝ ਉਣਤਾਈਆਂ ਸੀਗੀਆਂ ਕਮੀਆਂ ਸੀਗੀਆਂ ਅਤੇ ਘੱਟੋ ਘੱਟ ਉਹ ਸਾਡੇ ਨਾਲ ਸ਼ੇਅਰ ਕਰਦੇ ਸਾਂਝੀਆਂ ਕਰਦੇ ਤਾਂ ਜੋ ਅਸੀਂ ਕਿਸੇ ਨਾ ਕਿਸੇ ਤਰੀਕੇ ਦੀ ਆਉਣ ਵਾਲੇ ਟਾਈਮ ਦੇ ਵਿੱਚ ਉਸ ਚੀਜ਼ ਦਾ ਧਿਆਨ ਰੱਖਦੇ। ਪਰ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਘੱਟੋ ਘੱਟ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਇੱਕ ਤਰੀਕੇ ਦੇ ਮਹਿਕਮਿਆਂ ਦੇ ਵਾਸਤੇ ਜਾਂ ਪੰਜਾਬ ਦੇ ਵੱਖ ਵੱਖ ਸੈਕਸ਼ਨ ਦੇ ਵਾਸਤੇ ਡਿਫਰੈਂਟ ਡਿਫਰੈਂਟ ਬਜਟਸ ਲੈ ਕੇ ਆਈ ਹੈ ਜਿਸ ਦੇ ਵਿੱਚ ਬਜਟ ਜਿਹੜਾ ਹੈਗਾ ਉਸਾਰੀ ਵਾਲਾ ਹੈਗਾ ਔਰ ਅੱਗੇ ਨਾਲੋਂ ਪਹਿਲੇ ਨਾਲੋਂ ਪਹਿਲੀਆਂ ਸਰਕਾਰਾਂ ਨਾਲੋਂ ਵੱਧ ਬਜਟ ਰੱਖਿਆ ਗਿਆ। ਖਾਸ ਕਰਕੇ ਉਹਨਾਂ ਨੇ ਸਿੱਖਿਆ ਦੀ ਗੱਲ ਕੀਤੀ ਕਿ ਸਿੱਖਿਆ ਦੇ ਵਿੱਚ ਜਿਹੜਾ ਬਜਟ ਹੈਗਾ ਉਹ 11.5% ਦੇ ਕਰੀਬ 11% ਤੋਂ ਉੱਪਰ ਦੇ ਕਰੀਬ ਜਿਹੜਾ ਉਹ ਬਜਟ ਲੈ ਕੇ ਆਇਆ ਗਿਆ ਰੱਖਿਆ ਗਿਆ ਵਾਧੂ ਲੈ ਕੇ ਆਇਆ ਗਿਆ। ਇਸੇ ਤਰੀਕੇ ਦੇ ਨਾਲ ਕਾਫੀ ਸਾਰੀਆਂ ਚੀਜ਼ਾਂ ਉਹਨਾਂ ਨੇ ਗੱਲਾਂ ਬਾਤਾਂ ਕੀਤੀਆਂ ਪਰ ਜਿੱਥੋਂ ਤੱਕ ਦੇਖਿਆ ਜਾਏ ਭਗਵੰਤ ਮਾਨ ਆਪਣੇ ਅੰਦਾਜ਼ ਦੇ ਵਿੱਚ ਜਿਵੇਂ ਹਰ ਵਾਰੀ ਬੋਲਦੇ ਆ ਅੱਜ ਵੀ ਉਹਨਾਂ ਨੇ ਵਿਰੋਧੀ ਧਿਰਾਂ ਨੂੰ ਘੇਰਿਆ ਔਰ ਉਹਨਾਂ ਨੂੰ ਕਿਹਾ ਕਿ ਉਹਨਾਂ ਦਾ ਸਿਰਫ ਕੰਮ ਹੀ ਹੈ ਕਿ ਉਹ ਬਾਹਰ ਚਲੇ ਜਾਂਦੇ ਹੈ ਔਰ ਉੱਠ ਕੇ ਚਲੇ ਜਾਂਦੇ ਕੁਝ ਸੁਣਦੇ ਨਹੀਂ ਜਦਕਿ ਇਹ ਡੈਮੋਕਰੇਸੀ ਦਾ ਅਸੂਲ ਨਹੀਂ ਹੈ। ਉਹਨਾਂ ਨੇ ਇੱਥੇ ਇਸ ਤੱਕ ਵੀ ਮੈਂਸ਼ਨ ਕੀਤਾ ਕਿ ਜਿੱਥੋਂ ਤੱਕ ਹੋ ਸਕੇ ਉਹਨਾਂ ਨੇ ਸਪੀਕਰ ਨੂੰ ਵੀ ਵਿਰੋਧੀ ਧਿਰਾਂ ਨੇ ਮੁਰਦਾਬਾਦ ਕਹਿਤਾ, ਮੈਨੂੰ ਵੀ ਮੁਰਦਾਬਾਦ ਕਹਿਤਾ, ਮੋਦੀ ਨੂੰ ਵੀ ਮੁਰਦਾਬਾਦ ਕਹਿਤਾ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਨੇ, ਅਤੇ ਉਹਨਾਂ ਨੂੰ ਇਹੀ ਨਹੀਂ ਪਤਾ ਲੱਗਦਾ ਕਿ ਜ਼ਿੰਦਾਬਾਦ ਕੌਣ ਹੈ। ਉਹਨਾਂ ਨੇ ਕਿਹਾ ਪਰ ਉਹਨਾਂ ਦੇ ਜ਼ਿੰਦਾਬਾਦ ਜਾਂ ਮੁਰਦਾਬਾਦ ਕਹਿਣ ਨਾਲ ਕੋਈ ਮੁਰਦਾਬਾਦ ਨਹੀਂ ਹੁੰਦਾ। ਉਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ 14 ਜਾਂ 15 ਜਿਹੜੇ 18 ਮੈਂਬਰ ਹੈਗੇ ਨੇ ਹੈ ਜਿਹੜੀ ਕਿ ਵੱਡੀ ਵਿਰੋਧੀ ਧਿਰ ਹੈਗੀ ਹੈ, ਵੱਡੀ ਵਿਰੋਧੀ ਧਿਰ ਇੱਥੇ ਬੈਠੀ ਹੈ ਪੰਜਾਬ ਦੇ ਵਿੱਚ, ਉਹਨਾਂ ਨੇ ਆਪਣਾ ਰੋਲ ਢੰਗ ਦੇ ਨਾਲ ਨਹੀਂ ਨਿਭਾਇਆ। ਅੱਜ ਉਹਨਾਂ ਨੂੰ ਇੱਥੇ ਮੌਜੂਦ ਹੋਣਾ ਚਾਹੀਦਾ ਸੀਗਾ ਕਿਉਂਕਿ ਬਜਟ 'ਤੇ ਬਹਿਸ ਹੋ ਰਹੀ ਸੀ ਔਰ ਉਹਦੇ ਵਿੱਚ ਇਹਨਾਂ ਨੂੰ ਬਿਲਕੁਲ ਜਿਹੜਾ ਹੈ ਪਾਰਟੀਸਿਪੇਟ ਕਰਨਾ ਚਾਹੀਦਾ ਸੀ, ਭਾਗ ਲੈਣਾ ਚਾਹੀਦਾ ਸੀ। ਉਹਨਾਂ ਨੇ ਕਿਹਾ ਕਿ ਵਾਰ ਵਾਰ ਵਿਰੋਧੀ ਧਿਰਾਂ ਇੱਕੋ ਹੀ ਗੱਲ ਕਹਿੰਦੀ ਹੈ ਕਿ ਸਾਨੂੰ ਟਾਈਮ ਨਹੀਂ ਮਿਲਦਾ, ਪਰ ਜਦੋਂ ਮੈਂ ਪਾਰਲੀਮੈਂਟ 'ਚ ਹੁੰਦਾ ਸੀ, ਜਦੋਂ ਮੈਂ MP ਹੁੰਦਾ ਸੀ, ਮੈਨੂੰ 40 ਸੈਕਿੰਡ ਵੀ ਮਿਲਦੇ ਸੀ ਅਤੇ ਮੈਂ 40 ਸੈਕਿੰਡ ਵੀ ਜਿਹੜਾ ਹੈ ਉੱਥੇ ਬੋਲਦਾ ਸੀ ਜਾਂ ਆਪਣੇ 40 ਸੈਕਿੰਡ ਦਾ ਵੀ ਸਿਰਫ 40 ਸੈਕਿੰਡ ਦੇ ਪਿੱਛੇ ਹੀ ਸਾਰਾ ਦਿਨ ਜ਼ਰੂਰ ਬੈਠਦਾ ਸੀ। ਅਤੇ ਉਹਨਾਂ ਨੇ ਬਾਕੀ ਸਪੀਕਰ ਸਾਹਿਬ ਦੀ ਸ਼ਲਾਘਾ ਵੀ ਕੀਤੀ ਕਿ ਤੁਸੀਂ ਬਹੁਤ ਚੰਗਾ ਕੀਤਾ ਕਿ ਜਿਹੜੇ ਨਵੇਂ ਲੋਕ ਆਏ ਨੇ ਉਹਨਾਂ ਨੂੰ ਵੀ ਤੁਸੀਂ ਬੋਲਣ ਦਾ ਮੌਕਾ ਦਿੱਤਾ। ਜਿਸ ਤਰੀਕੇ ਦੇ ਨਾਲ ਕੋਈ ਵੀ ਖਿਲਾੜੀ ਨੂੰ ਪਹਿਲੀ ਵਾਰ ਆਪਾਂ ਡੈਬਿਊ ਮੈਚ ਲਾਉਣ ਦਾ ਮੌਕਾ ਮਿਲਦਾ, ਪਹਿਲੀ ਵਾਰ ਬੱਲਾ ਜਾਂ ਫਿਰ ਗੇਂਦ ਕਰਾਉਣ ਦਾ ਮੌਕਾ ਮਿਲਦਾ, ਅਤੇ ਉਹਦੇ ਲਈ ਬਹੁਤ ਵੱਡਾ ਅਫਸਰ ਹੁੰਦਾ, ਬਹੁਤ ਵੱਡਾ ਮੌਕਾ ਹੁੰਦਾ ਕਿ ਉਹ ਆਪਣੇ ਆਪ ਨੂੰ ਚੰਗਾ ਪ੍ਰੂਵ ਕਰ ਸਕੇ ਔਰ ਚੰਗੀ ਤਿਆਰੀ ਦੇ ਨਾਲ ਆ ਸਕੇ। ਜੇ ਇਸ ਵਾਰ ਉਹਦੀ ਨਹੀਂ ਵੀ ਪਰਫੋਰਮੈਂਸ ਚੰਗੀ ਹੁੰਦੀ ਤਾਂ ਅਗਲੀ ਵਾਰ ਉਹ ਬਿਹਤਰ ਪਰਫੋਰਮੈਂਸ ਕਰ ਸਕੇ। ਉਸਦੇ ਬਾਅਦ ਹੀ ਕਿਉਂਕਿ ਬਜਟ
ਬਜਟ 'ਚ ਬਹਿਸ ਹੋਣੀ ਸੀ ਅੱਜ, ਔਰ ਉਹਦੇ ਬਾਅਦ ਕੰਕਲੂਜਨ ਜਿਹੜਾ ਕਰਨਾ ਸੀਗਾ ਉਹਨੂੰ ਪੂਰੇ ਤਰੀਕੇ ਦੇ ਨਾਲ ਉਹਦਾ ਲੇਖਾ ਜੋਖਾ ਜਿਹੜਾ ਕਰਨਾ ਸੀ ਉਹ ਫਿਰ ਫਾਈਨੈਂਸ ਮਿਨਿਸਟਰ ਹਰਪਾਲ ਚੀਮਾ ਨੇ ਕੀਤਾ, ਔਰ ਅਖੀਰ ਦੇ ਵਿੱਚ ਸੈਸ਼ਨ ਦੇ ਵਾਈਂਡ ਅਪ ਹੋਣ ਤੱਕ ਕੰਕਲੂਡ ਕਰਦੇ ਹੋਏ ਕੰਕਲੂਡਿੰਗ ਜਿਹੜੀ ਸਪੀਚ ਸੀਗੀ ਉਹ ਡੈਫੀਨੇਟਲੀ ਹਰਪਾਲ ਚੀਮਾ ਜਿਹੜੇ ਕਿ ਖਜ਼ਾਨਾ ਮੰਤਰੀ ਸੀ ਉਹਨਾਂ ਦੀ ਸੀਗੀ। ਉਹਨਾਂ ਨੇ ਮੈਂਬਰਸ ਦੇ ਸਵਾਲਾਂ ਦੇ ਜਵਾਬ ਦਿੱਤੇ। ਜੇ ਰਾਣਾ ਇੰਦਰ ਪ੍ਰਤਾਪ ਦੀ ਗੱਲ ਕੀਤੀ ਜਾਏ ਉਹਨਾਂ ਨੇ ਜੋ ਸਵਾਲ ਚੁੱਕਿਆ, ਜੋ ਬਾਕੀ ਮੈਂਬਰਾਂ ਨੇ ਸਵਾਲ ਚੁੱਕਿਆ ਉਹਨਾਂ ਮੈਂਬਰਾਂ ਦੀ ਉਹਨਾਂ ਨੇ ਪੂਰਾ ਜਵਾਬ ਦਿੱਤਾ, ਔਰ ਉਹਨਾਂ ਨੇ ਕਿਹਾ ਕਿ ਕਿਤੇ ਨਾ ਕਿਤੇ ਪੜ੍ਹਨ ਲਿਖਣ 'ਚ ਸ਼ਾਇਦ ਜਲਦਬਾਜ਼ੀ ਹੋ ਗਈ ਹੋਏ, ਪਰ ਖਜ਼ਾਨੇ ਦੇ ਵਿੱਚ ਬਹੁਤ ਬਿਹਤਰ ਤਰੀਕੇ ਦਾ ਬਜਟ ਲੈ ਕੇ ਆਇਆ ਗਿਆ। ਉਸ ਦੇ ਨਾਲ ਹੀ ਉਹਨਾਂ ਨੇ ਖਾਸ ਕਰਕੇ BJP ਦੇ ਮੈਂਬਰ ਜਿਹੜੇ ਅਸ਼ਵਨੀ ਕੁਮਾਰ ਸੀ ਉਹਨਾਂ ਦਾ ਵੀ ਜ਼ਿਕਰ ਕੀਤਾ, ਔਰ ਉਹਨਾਂ ਨੇ ਕਿਹਾ ਕਿ ਅਸ਼ਵਨੀ ਕੁਮਾਰ ਨੇ ਵੀ ਜਿਹੜੀਆਂ ਇੱਕ ਸਵਾਲ ਚੁੱਕੇ ਸੀਗੇ ਬਜਟ ਨੂੰ ਲੈ ਕੇ ਉਹ ਵੀ ਉਹਨਾਂ ਨੇ ਸਪੈਸੀਫਿਕਲੀ ਪੈਰਾ ਔਰ ਸਬ ਕਲੋਜ਼ ਦੇ ਕੇ ਉਹਨੂੰ ਕਿਹਾ ਕਿ ਉਹਨੂੰ ਪੜ੍ਹ ਲੈਣ, ਦੇਖ ਲੈਣ, ਅਤੇ ਇਸ ਕਰਕੇ ਕਿਉਂਕਿ ਜਲਦੀ ਚਲੇ ਗਏ ਸ਼ਾਇਦ ਉਹਨਾਂ ਨੂੰ ਕੰਮ ਸੀਗਾ, ਪਰ ਜਿੱਥੇ ਵੀ ਸੁਣ ਦੇਖ ਰਹੇ ਆ ਉਹ ਉਹਨੂੰ ਪੜ੍ਹ ਸਕਦੇ ਆ, ਔਰ ਦੇਖ ਸਕਦੇ ਆ ਕਿ ਉਹਨਾਂ ਦੇ ਸਵਾਲ ਦਾ ਜਵਾਬ ਉਸ ਸਬ ਕਲੋਜ਼ ਦੇ ਵਿੱਚ ਹੀ ਪਿਆ। ਉਸ ਦੇ ਬਾਅਦ ਹੀ ਜੇ ਦੇਖਿਆ ਜਾਏ ਤਾਂ ਖਜ਼ਾਨਾ ਮੰਤਰੀ ਨੇ ਕਿਹਾ ਕਿ ਜਿੱਥੋਂ ਤੱਕ ਐਕਸਾਈਜ਼ ਦੀ ਗੱਲ ਕਰ ਲਈ ਜਾਏ, ਚਾਹੇ ਐਗਰੀਕਲਚਰ ਦੀ ਗੱਲ ਕਰ ਲਈ ਜਾਏ, ਚਾਹੇ ਸਿਹਤ ਸਹੂਲਤਾਂ ਦੀ ਗੱਲ ਕਰ ਲਈ ਜਾਏ, ਚਾਹੇ ਸਿੱਖਿਆ ਦੀ ਗੱਲ ਕਰ ਲਈ ਜਾਏ, ਹਰ ਇੱਕ ਦੇ ਵਿੱਚ ਬਜਟ ਜਿਹੜਾ ਉਹ ਵਾਧੂ ਰੱਖਿਆ ਗਿਆ ਔਰ ਵਧੀਆ ਬਜਟ ਲੈ ਕੇ ਆਉਂਦਾ ਗਿਆ। ਉਹਨਾਂ ਨੇ ਇਹ ਕਿਹਾ ਕਿ ਚਾਲੂ ਵਿੱਤ ਵਰਸ਼ ਦੇ ਵਿੱਚ ਵੀ ਜਿਹੜਾ ਚਾਲੂ ਸਾਲ ਹੈਗਾ ਜਿਹੜਾ ਜਾ ਰਿਹਾ ਇਹਦੇ ਵਿੱਚ ਵੀ ਬਜਟ ਕਾਫੀ ਚੰਗਾ ਰੱਖਿਆ ਗਿਆ, ਔਰ ਖਾਸ ਕਰਕੇ ਉਹਨਾਂ ਨੇ ਜ਼ਿਕਰ ਕੀਤਾ ਕਿ ਜਿਸ ਤਰੀਕੇ ਦੇ ਨਾਲ ਸ਼ਹੀਦਾਂ ਦੀ ਵਿਧਵਾਵਾਂ ਨੂੰ ਸਿਰਫ ਪਿਛਲੀਆਂ ਸਰਕਾਰਾਂ ਸਿਲਾਈ ਮਸ਼ੀਨਾਂ ਦੇ ਕੇ ਤੋਰ ਦਿੰਦੀਆਂ ਸੀ, ਪਰ ਅਸੀਂ ਇੱਕ ਚੰਗਾ ਰਾਸ਼ੀ ਰੱਖੀ, 1 ਕਰੋੜ ਰੁਪਇਆ ਉਹਨਾਂ ਨੂੰ ਜਿਹੜਾ ਹੈਗਾ ਦੇਣ ਦੀ ਗੱਲ ਕੀਤੀ ਹੈ ਸ਼ਹੀਦਾਂ ਨੂੰ। ਉਹਨਾਂ ਦੇ ਬਾਅਦ ਐਕਸਕ੍ਰੇਸ਼ੀਆ ਕਹਿ ਲਓ ਜਾਂ ਇੱਕ ਸ਼ਹੀਦਾਂ ਦੇ ਨੂੰ ਮਦਦ ਕਹਿ ਲਓ ਉਸ ਦੇ ਬਾਅਦ, ਔਰ ਉਸ ਦੇ ਬਾਅਦ ਉਹਨਾਂ ਨੇ ਇਹ ਵੀ ਕਿਹਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਵੀ ਅਸੀਂ ਬਿਹਤਰ ਸਟੈਪਸ ਲੈ ਰਹੇ ਹਾਂ ਔਰ ਉਸਾਰੀ ਵੱਲ ਕੰਮ ਕਰ ਰਹੇ ਹਾਂ, ਔਰ ਡੈਫੀਨੇਟਲੀ ਪੰਜਾਬ ਨੂੰ ਅਸੀਂ ਅੱਗੇ ਲਿਜਾਣ ਦੀ ਗੱਲ ਕਰ ਰਹੇ ਹਾਂ। ਉਹਨਾਂ ਨੇ ਵੀ ਇਹੀ ਕਿਹਾ ਕਿ ਜਾਂ ਤਾਂ ਬਿਹਤਰ ਤਰੀਕੇ ਦੇ ਨਾਲ ਐਨਾਲਿਸਿਸ ਕਰਦੀਆਂ ਨਹੀਂ ਵਿਰੋਧੀ ਧਿਰਾਂ, ਜਾਂ ਫਿਰ ਉਹਨਾਂ ਨੇ ਦੇਖਿਆ ਪੜਿਆ ਨਹੀਂ, ਜਾਂ ਫਿਰ ਸਿਰਫ ਵਿਰੋਧੀ ਕਰਨਾ ਜਾਣਦੀਆਂ ਨੇ। ਪਰ ਸਾਰੇ ਖੱਪ ਦੇ ਬਾਅਦ ਜਾਂ ਫਿਰ ਰੌਲੇ ਰੱਪੇ ਦੇ ਬਾਅਦ, ਰਾਮ ਰੌਲੇ ਦੇ ਬਾਅਦ ਆਖਿਰਕਾਰ ਅੱਜ ਬਜਟ ਜਿਹੜਾ ਹੈ ਬਹੁਮਤ ਦੇ ਨਾਲ ਪੰਜਾਬ ਦੇ ਹਾਊਸ 'ਤੇ ਜਿਹੜਾ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਪਾਸ ਹੋ ਗਿਆ। ਕੈਮਰਾ ਪਰਸਨ ਸਰਬਜੀਤ ਦੇ ਨਾਲ ਬਿੰਦੂ ਸਿੰਘ, ਚੰਡੀਗੜ੍ਹ, ਤੁਸੀਂ ਦੇਖਦੇ ਰਹੋ D5 ਚੈਨਲ ਪੰਜਾਬੀ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ, ਗੱਲ ਕਰਾਂਗੇ ਸਿਆਸੀ ਹਵਾ ਦੀ, ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ, ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ, ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ, ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ, ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ, ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ, ਹੋਣਗੇ ਹਰ ਪਹਿਲੂ ਤੇ ਰੋਸ ਚਰਚੇ, ਖੋਲਾਂਗੇ ਅੰਦਰੂਨੀ ਰਾਜ, ਬਣਾਂਗੇ ਬੁਲੰਦ ਆਵਾਜ਼, ਖੇਡ, ਸਿੱਖਿਆ, ਸਿਹਤ, ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ, ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਲ, ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ, ਕੀ ਕਰਦੀ ਹੈ ਸਾਡੀ ਸਰਕਾਰ, ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ, D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ, ਧਰਮ, ਧਰੋਹਰ, ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ, ਅਬ D5 ਚੈਨਲ ਹਿੰਦੀ ਵੀ ਹੋਗਾ ਸਰ, D5 ਚੈਨਲ ਪੰਜਾਬੀ, ਆਪਣੀ ਧਰਤੀ, ਆਪਣੇ ਲੋਕ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਰੰਧਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ, ਜਿਹੜਾ ਲਾਂਚ ਹੋ ਚੁੱਕਿਆ ਹੈ ਹੁਣ ਕੈਨੇਡਾ ਵਿੱਚ।